ਪੰਜਾਬੀ ਗਾਇਕਾ ਕੌਰਬੀ ਦੇ ਕੋਰੋਨਾ ਵਾਇਰਸ ਦੇ ਚਲਦਿਆਂ ਇਕਾਂਤਵਾਸ ਬਾਰੇ ਖਬਰ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਇਹ ਬਿਲਕੁਲ ਗਲਤ ਹੈ। ਉਹਨਾਂ ਪੰਜਾਬੀ ਟੀਵੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਮੋਹਾਲੀ ਤੋਂ ਆਏ ਕਈ ਦਿਨ ਹੋ ਗਏ ਨੇ ਅਤੇ ਉਹ ਆਪਣੇ ਘਰ ਪਰਿਵਾਰ ਵਿੱਚ ਬਿਲਕੁਲ ਠੀਕ ਠਾਕ ਨੇ। ਉਹਨਾਂ ਦੇ ਪਿੰਡ ਦੇ ਕਿਸੇ ਵਿਅਕਤੀ ਦੇ ਕਹਿਣ 'ਤੇ ਘਰ ਸਿਹਤ ਵਿਭਾਗ ਦੀ ਟੀਮ ਆਈ, ਕੋਈ ਟੈਸਟ ਨਹੀਂ ਲਿੱਤੇ ਅਤੇ ਉਹਨਾਂ ਦੇ ਮਾਸਕ ਨਾਲ ਇੱਕ ਫੋਟੋ ਖਿਚਵਾਈ ਸੀ ਅਤੇ ਉਹਨਾਂ ਦੀ ਸਿਹਤ ਬਿਲਕੁਲ ਠੀਕ ਹੈ। ਹੈਲੋ ਹੈਲੋ ਕੌਰਬੀ ਬੋਲ ਰਹੇ ਹੋ ਜੀ? ਗਾਇਕ ਹਾਂਜੀ 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 ਪੰਜਾਬੀ ਤੇ ਟੀਵੀ ਤੋਂ ਬੋਲਦਾ ਜੀ ਮਲਕੀਤ ਸਿੰਘ। ਹਾਂਜੀ 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 ਇੱਕ ਤੁਹਾਡੀ ਨਾ ਜੀ ਖਬਰਾਂ 'ਚ ਚਰਚਾ 'ਚ ਚੱਲ ਰਿਹਾ ਜੀ, ਤੁਸੀਂ ਇਕਾਂਤਵਾਸ ਭੇਜੇ ਗਏ ਹੋ ਜੀ, ਕੀ ਹੈ ਜੀ ਮਾਮਲਾ? ਕੁਛ ਨਹੀਂ ਹੈਗਾ ਜੀ, ਆਪਾਂ ਘਰ ਆ ਸਹੀ ਸਲਾਮਤ ਆ। ਉਹ ਤਾਂ ਜਿਵੇਂ ਹੁਣ ਪਿੰਡਾਂ 'ਚ ਜਿਹੜੀਆਂ ਟੀਮਾਂ ਤੁਰੀਆਂ ਫਿਰਦੀਆਂ ਚੈੱਕ ਚੁੱਕ ਕਰਨ ਲਈ, ਪਿੰਡ 'ਚੋਂ ਕਿਸੇ ਨੇ ਕਹਿ ਦਿੱਤਾ ਕਿ ਅਸੀਂ ਆਏ ਹੋਏ ਹਾਂ ਨਾ, ਕੁੜੀ ਉਹਨਾਂ ਦੀ ਆਈ ਆ ਮੋਹਾਲੀ ਤੋਂ, ਸਾਨੂੰ ਤਾਂ ਆਇਆਂ ਨੂੰ ਵੀਰੇ 15 ਦਿਨ ਹੋ ਗਏ ਆ। ਜਾਂ ਤਾਂ ਜੇ ਇੰਨਾ ਹੀ ਇਹਨਾਂ ਨੂੰ ਕੰਮ ਕਰਦੇ ਆਏ ਤੇ 15 ਦਿਨ ਪਹਿਲਾਂ ਆਉਂਦੇ ਆ ਨਾ ਜੀ, ਉਹ ਘਰੇ ਆਏ ਉਲਟਾ ਘਰ ਆ ਕੇ ਕਹਿੰਦੇ ਅਸੀਂ ਤਾਂ ਬੜੇ ਤੰਗ ਆ ਪ੍ਰਸ਼ਾਸਨ ਦੇ ਹੱਥੋਂ, ਹਨਾ ਵੀ ਸਾਨੂੰ ਤਾਂ ਸਾਰਾ ਦਿਨ ਇੱਦਾਂ ਤੁਰਨਾ ਪੈਂਦਾ ਜਾਣਾ ਪੈਂਦਾ ਘਰਾਂ 'ਚ। ਅਸੀਂ ਉਹਨਾਂ ਨੂੰ ਵੀਰੇ ਵਧੀਆ ਚਾਹ ਪਾਣੀ ਪਿਆ, ਚੰਗੀ ਸੇਵਾ ਕੀਤੀ ਆ ਨਾ, ਵੀ ਚਲੋ ਕੋਈ ਗੱਲ ਨੀ ਤੁਸੀਂ ਆਏ ਹੋ ਜੀ ਆਇਆਂ ਨੂੰ, ਤੇ ਚਾਹ ਪਾਣੀ ਉਹਨਾਂ ਨੇ ਕੋਈ ਟੈਸਟ ਨੀ ਕੀਤਾ, ਕੋਈ ਗੱਲ ਨੀ ਬਾਤ ਨੀ। ਜਸਟ ਸਾਨੂੰ ਪੁੱਛਿਆ ਕਿ ਤੁਸੀਂ ਕਿੰਨੇ ਦਿਨ ਤੋਂ, ਅਸੀਂ ਕਿਹਾ ਕਿ ਅਸੀਂ 30 ਨੂੰ ਆਏ ਸੀ ਹਨਾ, 30 ਦੇ ਨੇੜੇ, ਤੇ ਹੁਣ ਕਹਿੰਦੇ 30 ਮਾਰਚ ਇੱਕ ਆਪਾਂ ਕਦੋਂ ਆਏ ਸੀ, 30 ਨੂੰ ਆਏ ਸੀ, ਮਤਲਬ ਮੈਨੂੰ ਡੇਟ ਨੀ ਪ੍ਰੋਪਰ ਯਾਰ, ਸਾਨੂੰ ਮਤਲਬ 10 ਦਿਨ ਹੋ ਗਏ ਆ ਪਿੰਡ ਆਇਆਂ ਨੂੰ, ਜਦੋਂ ਹਜੇ ਲੋਕਡਾਊਨ ਸਟਾਰਟ ਹੋਇਆ ਸੀ ਉਦੋਂ ਕੀ ਆ ਗਏ ਸੀ ਆਪਾਂ ਜੀ, ਜਦੋਂ ਜ਼ਿਆਦਾ ਰੌਲਾ ਜਿਹਾ ਵਧਿਆ ਸੀ ਹਨਾ ਜੀ, ਤੇ ਉਹ ਹੁਣ ਕਹਿੰਦੇ ਕਿ ਅਸੀਂ ਨਾ ਇੱਕ ਫੋਟੋ ਕਰਾ ਲਓ ਸਾਡੇ ਨਾਲ, ਵੀ ਅਸੀਂ ਆਪਣੇ ਦਿਖਾਉਣੀ ਆ ਉੱਪਰ ਆਪਣੇ ਆਫੀਸਰਸ ਨੂੰ ਕਿ ਅਸੀਂ ਆਪਣੀ ਡਿਊਟੀ ਨਿਭਾ ਰਹੇ ਹਾਂ, ਤਾਂ ਉਸ ਕਰਕੇ ਮੈਂ ਬਾਹਰ ਖੜ ਕੇ ਫੋਟੋ ਕਰਾ ਲਈ। ਈਵਨ ਮੈਨੂੰ ਕਹਿੰਦੇ ਕਿ ਜਿਹੜੀ ਫੋਟੋ ਅਸੀਂ ਦਿਖਾਉਣੀ ਆ ਉਹ ਤੁਸੀਂ ਫੇਸ ਕਵਰ ਕਰਕੇ ਕਰਾ ਲਓ, ਤਾਂ ਓਦਾਂ ਸਾਡੇ ਨਾਲ ਨੋਰਮਲ ਫੋਟੋ ਕਰਾ ਲਓ, ਸਾਡੇ ਬੱਚੇ ਫੈਨ ਨੇ ਇੱਦਾਂ ਇੱਦਾਂ ਹਨਾ, ਤਾਂ ਉਹ ਤੁਸੀਂ ਦੇਖੋ ਕਿ ਜਾ ਕੇ ਇੱਦਾਂ ਨਿਊਜ਼ 'ਚ ਕੀ ਲਾ ਦਿੱਤਾ। ਫਿਰ ਇਹ ਬਾਹਲੀਆਂ ਚੰਗੀਆਂ ਗੱਲਾਂ ਥੋੜੀ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਗੱਲਾਂ ਨੇ। ਨਹੀਂ ਜੀ, ਤੁਹਾਡੇ ਪੱਖ ਤੋਂ ਬਿਨਾਂ ਤਾਂ ਨਹੀਂ ਲਾਣੀ ਚਾਹੀਦੀ ਸੀ ਗੱਲ, ਉਹੀ ਆ ਵੀਰੇ ਸਾਨੂੰ ਤਾਂ ਪਤਾ ਵੀ ਨੀ, ਮੈਨੂੰ ਤਾਂ ਲੋਕੀ ਭੇਜ ਰਿਹਾ, ਮੈਂ ਤਾਂ ਆਪ ਉੱਥੇ ਪੜ੍ਹ ਕੇ ਵੇਖਿਆ ਕਿ ਆਹ ਕੀ ਕੀਤਾ ਆ। ਹੁਣ ਮਾਫੀਆਂ ਮੰਗਦੇ ਆ ਇੱਕ ਦੋ ਉਹਨਾਂ ਨਾਲ, ਫਿਰ ਮੇਰੇ ਭਰਾ ਉਹਨਾਂ ਨੇ ਗੱਲ ਕੀਤੀ ਆ ਕਿ ਤੁਸੀਂ ਘਰ ਆਇਆਂ ਨੂੰ ਅਸੀਂ ਜਿਹੜੀ ਤੁਹਾਨੂੰ ਇੱਜ਼ਤ ਦਿੱਤੀ ਆ ਤੁਸੀਂ ਉਹਦਾ ਆਹ ਸੀਲਾ ਦਿੰਨੇ ਪਏ ਹੋ, ਤੇ ਕਹਿੰਦੇ ਨਹੀਂ ਇੱਦਾਂ ਫਲਾਣੇ ਨੇ ਇੱਦਾਂ ਕਰਤਾ, ਦੂਜੇ ਨੇ ਕਰਤਾ, ਟੀਮ ਵਿੱਚ ਬੜੇ ਬੰਦੇ ਹੁੰਦੇ ਨੇ ਤੇ ਅਸੀਂ ਤੁਹਾਡੇ ਨਾਲ ਆ, ਜੇ ਕਿਤੇ ਬੋਲਣਾ ਪਊਗਾ ਅਸੀਂ ਕਵਾਂਗੇ। ਹੁਣ ਪਰ ਕੀ ਫਾਇਦਾ, ਜਿਹੜੀ ਚੀਜ਼ ਫੈਲ ਗਈ ਉਹ ਤਾਂ ਫੈਲ ਜਾਂਦੀ ਆ ਨਾ ਫਿਰ। ਨਹੀਂ ਕੋਈ ਨਹੀਂ, ਤੁਹਾਡਾ ਪੱਖ ਅਸੀਂ ਲਾਵਾਂਗੇ ਜੀ, ਬਿਲਕੁਲ ਤੁਸੀਂ ਬੇਫਿਕਰ ਰਹੋ। ਨਹੀਂ ਵੀਰੇ ਥੈਂਕ ਯੂ, ਪਰ ਹਨਾ ਇਹੋ ਜਿਹੀ ਚੀਜ਼ ਦਾ ਤੇ ਕੀ ਮਜ਼ਾਕ ਬਣਾਉਣਾ ਹਨਾ, ਇਹੋ ਜਿਹੀਆਂ ਨਿਊਜ਼ਾਂ ਤਾਂ ਰੱਬ ਕਿਸੇ ਦੀਆਂ ਵੀ ਨਾ ਜੀ, ਨਾ ਬਿਲਕੁਲ ਨਹੀਂ ਚਾਹੀਦਾ, ਇਦਾਂ ਬਿਲਕੁਲ ਨਹੀਂ ਚਾਹੀਦਾ। ਸਾਰੇ ਘਰ ਪਰਿਵਾਰ ਨੇ ਵੀਰੇ, ਅਸੀਂ ਤਾਂ ਖੁਦ ਪ੍ਰਸ਼ਾਸਨ ਦੀ ਸਪੋਰਟ ਕਰ ਰਹੇ ਹਾਂ, ਰੋਜ਼ ਪੋਸਟਾਂ ਪਾਉਂਦੇ ਹਾਂ ਕਿ ਆਪਣੇ ਘਰ ਬੈਠੋ ਆਪਣੀ ਸੇਫਟੀ ਰੱਖੋ ਹਨਾ, ਬਿਲਕੁਲ। ਫਿਰ ਜੇ ਉਹ ਚੀਜ਼ ਨਹੀਂ ਸਮਝਦੇ ਲੋਕੀ ਤਾਂ ਕੀ ਹੁਣ ਆਪਾਂ ਮਿਲਕੇ ਸਮਝ ਤੋਂ ਬਾਹਰ ਆ। ਬਿਲਕੁਲ, ਤੁਹਾਡੀ ਸਿਹਤ ਕਿਵੇਂ ਆ ਜੀ ਪਹਿਲਾਂ ਤਾਂ? ਨਾ ਜੀ ਬਹੁਤ ਵਧੀਆ ਆ, ਆਪਾਂ ਤੇ ਠੀਕ ਠਾਕ ਆ, ਮੈਂ ਰੋਜ਼ ਸਨੈਪਚੈਟਾਂ ਪਾਈ ਦੀਆਂ ਬੱਚਿਆਂ ਨਾਲ, ਘਰ ਖੇਡੀ ਦਾ, ਰੋਜ਼ ਰਹੀ ਦਾ, ਚੰਗਾ ਮਹਾਰਾਜ ਦੀ ਕਿਰਪਾ ਏ ਹਨਾ, ਤੇ ਬਾਬਾ ਜੀ ਸਾਰਿਆਂ ਨੂੰ ਐਵੇਂ ਹੀ ਠੀਕ ਠਾਕ ਰੱਖਣ। ਤੇ ਤੁਸੀਂ ਮੈਨੂੰ ਵੀਡੀਓ ਪਾ ਸਕੋਗੇ ਆਪਦੀ? ਮੈਂ WhatsApp ਤੇ ਮੈਸੇਜ ਸੈਂਡ ਕਰਾਂ ਤੁਹਾਨੂੰ ਆਪਦੀ ਕਰਕੇ, ਅਸੀਂ ਤੁਹਾਡੀ ਬੈਸਟ ਆ ਤੁਹਾਡਾ ਮੈਂ ਬਿਆਨ ਰਿਕਾਰਡ ਕਰ ਲਿਆ ਹੈਗਾ। ਕੋਈ ਨੀ ਮੈਨੂੰ ਕੋਈ ਪ੍ਰੋਬਲਮ ਨੀ, ਤੁਸੀਂ ਰਿਕਾਰਡ ਕਰ ਸਕਦੇ ਆ ਹਨਾ, ਤੇ ਤੁਸੀਂ ਮੈਨੂੰ ਤੁਸੀਂ ਕਰ ਦਿਓ, ਬਾਕੀ ਜਿੱਦਾਂ ਵੀ ਜਿੱਥੇ ਵੀ ਸ਼ੇਅਰ ਕਰਨਾ ਤੁਸੀਂ ਸ਼ੇਅਰ ਕਰਕੇ ਸਾਨੂੰ ਭੇਜ ਦਿਓ, ਮੈਂ ਪੋਸਟ ਕਰ ਦੂੰਗੀ, ਮੈਂ ਖੁਦ ਵੀ ਲਾਈਵ ਹੋ ਕੇ ਹਨਾ ਦੱਸੂਗੀ ਸਾਰਾ। ਤੁਸੀਂ